ਕੈਨੇਡਾ ਦੇ ਵਿੱਚ ਵਾਪਰੇ ਸੜਕ ਹਾਦਸੇ ਨੇ ਘਰ ਦੇ ਵਿੱਚ ਪਵਾਏ ਬੈਨ। ਕੈਨੇਡਾ ਤੋਂ ਪੂਰੇ 1 ਸਾਲ ਬਾਅਦ ਤਾਬੂਤ 'ਚ ਬੰਦ ਹੋ ਕੇ ਆਈ ਧੀ ਦੀ ਲਾਸ਼। ਲਾਸ਼ ਵੇਖ ਪੂਰੇ ਪਰਿਵਾਰ ਅਤੇ ਪਿੰਡ ਦੀਆਂ ਨਿਕਲੀਆਂ ਭੁੱਬਾਂ। ਚਾਵਾਂ ਨਾਲ ਪੜ੍ਹਨ ਲਈ ਭੇਜੀ ਸੀ ਧੀ। ਮ੍ਰਿਤਕ ਕੋਮਲ ਦਾ ਕੀਤਾ ਗਿਆ ਅੰਤਿਮ ਸਤਿਕਾਰ। ਬੀਤੇ ਜੁਲਾਈ ਦੇ ਮਹੀਨੇ ਦੇ ਵਿੱਚ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਨੇੜੇ ਹੋਏ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਗੁਰਦਾਸਪੁਰ ਦੇ ਪਿੰਡ ਸੁੱਖਾ ਚੀੜਾ ਦੀ 21 ਸਾਲਾ ਲੜਕੀ ਲਖਵਿੰਦਰ ਕੌਰ ਕੋਮਲ ਦੀ ਮੌਤ ਹੋ ਗਈ ਸੀ, ਜਿਸ ਦੀ ਕਿ ਮ੍ਰਿਤਕ ਦੇ ਬੀਤੇ ਦਿਨੀ ਜੱਦੇ ਪਿੰਡ ਸੁੱਖਾ ਚੀੜਾ ਦੇ ਵਿੱਚ ਪਹੁੰਚੇ। ਉੱਥੇ ਹੀ ਧੀ ਦੀ ਲਾਸ਼ ਤਾਬੂਤ ਦੇ ਵਿੱਚ ਬੰਦ ਵੇਖ ਕੇ ਪੂਰੇ ਪਰਿਵਾਰ ਅਤੇ ਪਿੰਡ ਵਾਲਿਆਂ ਦੀਆਂ ਅੱਖਾਂ ਨਮ ਹੋ ਗਈਆਂ। ਪਰਿਵਾਰ ਦਾ ਅਤੇ ਪੂਰੇ ਪਿੰਡ ਦੇ ਲੋਕਾਂ ਦਾ ਬੁਰਾ ਹਾਲ ਸੀ। ਪੂਰਾ ਪਿੰਡ ਇਸ ਦੁੱਖ ਦੀ ਘੜੀ ਦੇ ਵਿੱਚ ਪੀੜਤ ਪਰਿਵਾਰ ਦੇ ਨਾਲ ਖੜਾ ਸੀ ਅਤੇ ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਦੀਆਂ ਅੱਖਾਂ ਨਮ ਸੀ, ਜਿਨ੍ਹਾਂ ਨੇ ਨਮ ਅੱਖਾਂ ਦੇ ਨਾਲ ਜਿਹੜੀ ਕਿ ਅੰਤਿਮ ਵਿਦਾਇਗੀ ਦੀਆਂ ਰਸਮਾਂ ਨਿਭਾਈਆਂ। ਤਾਂ ਧੀ ਦਾ ਅੰਤਿਮ ਸੰਸਕਾਰ ਪਰਿਵਾਰ ਦੇ ਵੱਲੋਂ ਬੀਤੀ ਸ਼ਾਮ ਕੀਤਾ ਗਿਆ। ਰੋਂਦੇ ਕੁਰਲਾਉਂਦੇ ਪਿਤਾ ਅਤੇ ਬਾਕੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਧੀ ਨੂੰ ਚੰਗੇ ਭਵਿੱਖ ਦੇ ਲਈ ਕਰਜ਼ਾ ਚੁੱਕ ਕੇ 1 ਸਾਲ ਪਹਿਲਾਂ ਸਤੰਬਰ ਮਹੀਨੇ ਦੇ ਵਿੱਚ ਕੈਨੇਡਾ ਭੇਜਿਆ ਸੀ। ਤਾਂ ਉਸੇ ਤਾਰੀਖ ਨੂੰ ਅਤੇ ਉਸੇ ਮਹੀਨੇ ਨੂੰ ਤਾਬੂਤ ਦੇ ਵਿੱਚ ਬੰਦ ਹੋ ਕੇ ਉਹਨਾਂ ਦੀ ਧੀ ਲਾਸ਼ ਬਣ ਕੇ ਪਰਤੀ ਹੈ। ਤਾਂ ਇਹ ਦੇਖ ਕੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਆਓ ਫਿਰ ਸੁਣਦੇ ਹਾਂ ਪਰਿਵਾਰਿਕ ਮੈਂਬਰਾਂ ਦਾ ਹੋਰ ਕੀ ਕੁਝ ਕਹਿਣਾ ਹੈ। 1 ਸਤੰਬਰ ਨੂੰ ਇੱਥੋਂ ਪਿਛਲੇ 2023 ਦੇ ਵਿੱਚ ਗਈ ਆ, 2 ਤਰੀਕ ਨੂੰ ਉੱਥੇ ਪਹੁੰਚੀ ਆ। ਅਸੀਂ ਤਾਂ ਉਹੀ ਬੱਚਿਆਂ ਨੂੰ ਬੱਚਿਆਂ ਬਾਰੇ ਸੋਚੀ ਦਾ ਵੀ ਚਲੋ ਬੱਚੇ ਗਾਂਹ ਵਧਣ ਜਾਂ ਕਿੱਦਾਂ ਕਰਨ, ਪੈਸੇ ਪੈਸੇ ਚੱਕ ਚੁੱਕ ਚੁਕਾ ਕੇ ਘੱਲੇ ਆ। ਕੰਮ ਮਿਲਿਆ ਨਹੀਂ ਪਹਿਲੋਂ 8-9 ਮਹੀਨੇ, ਜੇ ਹੁਣ ਕੰਮ ਮਿਲਿਆ ਤਾਂ ਬਹੁਤ ਦੂਰ ਥੋੜ੍ਹਾ ਜਿਹਾ ਦੂਰ ਜਾ ਕੇ ਅਤੇ ਰੋਜ਼ ਹੀ ਕੰਮ ਤੋਂ ਆਉਂਦੇ ਜਾਂਦੇ ਸੀ ਬੱਚੇ ਹੋਰ ਵੀ ਨਾਲ 2-3, ਅਤੇ ਇਹਨਾਂ ਦਾ ਹੁਣ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ, ਐਕਸੀਡੈਂਟ ਹੀ ਹੋਇਆ ਅਸੀਂ ਕਿਹੜਾ ਉੱਥੇ ਵੇਖਿਆ। ਬਾਕੀ ਹੁਣ ਮਹਾਰਾਜ ਨੂੰ ਜੋ ਮਨਜ਼ੂਰ ਆ, ਹੁਣ ਕੀ ਕਰ ਸਕਦੇ ਅਸੀਂ ਜਿੱਦਾਂ ਵੀ ਆ। ਡੈੱਡ ਬੋਡੀ ਦੇ ਲਿਆਉਣ ਦੇ ਵਿੱਚ ਆਪਦੀ ਕੁਝ ਕਿਸੇ ਨੇ ਮਦਦ ਕੀਤੀ ਸੀ? ਨਹੀਂ, ਕੋਈ ਮਦਦ ਨਹੀਂ ਸਾਡਾ, ਜੋ ਵੀ ਉਹਨਾਂ ਨੇ ਉੱਥੇ ਕੀਤਾ ਵਾ ਜਾਂ ਉਹਨਾਂ ਨੇ, ਅਸੀਂ ਤਾਂ ਇੱਥੋਂ ਸਾਨੂੰ ਪਤਾ ਹੀ ਨਹੀਂ ਕੀ ਉੱਥੇ ਹੋਇਆ ਕੀ ਨਹੀਂ ਹੋਇਆ। ਸਾਡੀ ਇੰਨਾ ਉੱਪਰ ਵਾਲੀ ਕਿਰਪਾ ਨਾਲ ਚਲੋ ਡੈੱਡ ਬੋਡੀ ਸਾਡੇ ਕੋਲ ਆ ਗਈ ਆ, ਅਸੀਂ ਵੇਖ ਲਿਆ ਆਪਣੀ ਡੈੱਡ ਬੋਡੀ ਕੁੜੀ ਨੂੰ। ਅਸੀਂ 1 ਸਾਲ ਹੋਇਆ, 1 ਨੂੰ ਇੱਧਰੋਂ ਘੱਲੀ ਸੀ, 2 ਨੂੰ ਪਹੁੰਚੀ, ਅੱਜ ਸਾਡੇ ਇੱਥੇ ਬਖਸ਼ੇ 'ਚ ਬੰਦ ਹੋ ਕੇ ਆ ਗਈ 2 ਤਰੀਕ ਨੂੰ। ਚੜ੍ਹਦੀ ਕਲਾ ਟਾਈਮ ਟੀਵੀ ਲਈ ਗੁਰਦਾਸਪੁਰ ਤੋਂ ਪੱਤਰਕਾਰ ਜਸਵਿੰਦਰ ਸਿੰਘ ਦੀ ਖਾਸ ਰਿਪੋਰਟ।